ਉਹ ਭੈਣ ਜੀ, ਮੈਂ ਤਾਂ ਤੁਹਾਡਾ ਪਤਾ ਲੈਣ ਆਇਆ ਵਾਂ। ਕਹਿੰਦੇ ਆ ਕਿ ਤੁਹਾਡੇ ਬਹੁਤ ਥੱਪੜ ਵੱਜੇ ਆ 에ਅਰਪੋਰਟ ਤੇ। ਚੰਗੀ ਤੇਰੀ ਪਾਰਟੀ ਵਿੱਚੋਂ ਜਿੱਤੀ ਆ, ਮੈਨੂੰ ਤਾਂ ਲੋਕਾਂ ਕੋਲੋਂ ਥੱਪੜ ਪੈ ਰਹੇ ਆ। ਉਹ ਭੈਣ ਜੀ, ਤੁਹਾਨੂੰ ਕਿਉਂ ਥੱਪੜ ਵੱਜੇ ਆ? ਸਾਨੂੰ ਸਾਰਾ ਪਤਾ ਸਾਰੀ ਗੱਲ ਦਾ। ਓਏ, ਤੁਸੀਂ ਮੈਨੂੰ ਸਾਰੀ ਗੱਲ ਦੱਸੋ ਕਿ ਇਹਨੂੰ ਕਿਉਂ ਥੱਪੜ ਵੱਜੇ ਆ? ਓਏ, ਇਹ ਬੀਬੀਆਂ ਨੂੰ ਬੁਰਾ ਭਲਾ ਕਹਿੰਦੀ ਸੀ। ਇਹ ਕਹਿੰਦੀ ਸੀ ਕਿ ਜੋ ਬੀਬੀਆਂ ਕਿਸਾਨ ਧਰਨੇ ਵਿੱਚ ਜਾਂਦੀਆਂ ਵਾਂ, ਉਹ ਦਿਹਾੜੀ ਤੇ ਪੈਸੇ ਲੈ ਕੇ ਜਾਂਦੀਆਂ ਵਾਂ। ਜਦੋਂ ਆਪਾਂ ਕਿਸੇ ਨੂੰ ਪੁੱਠੀਆਂ ਗੱਲਾਂ ਕਰਾਂਗੇ ਤਾਂ ਅੱਗਿਓਂ ਕੋਈ ਨਾ ਕੋਈ ਜਵਾਬ ਤਾਂ ਆਉਣਾ ਹੀ ਆਉਣਾ ਵਾ। ਇਸੇ ਹੀ ਗੱਲੋਂ ਤਾਂ ਇਸ ਨੂੰ ਛਿੱਤਰ ਪਏ ਆ। ਉਹ ਭੈਣ ਜੀ, ਕਿਸਾਨਾਂ ਨਾਲ ਤੇ ਮੈਂ ਨਹੀਂ ਹੁਣ ਪੰਗਾ ਲੈਂਦਾ, ਤੇ ਪਰ ਤੂੰ ਹੁਣ ਕਿਉਂ ਲੈਣ ਡਈ ਕਿਸਾਨਾਂ ਨਾਲ ਪੰਗਾ? ਓਏ, ਤੁਸੀਂ ਦੋਵੇਂ ਭੈਣ ਭਰਾ ਬਚ ਜੋ ਕਿਸਾਨਾਂ ਤੋਂ। ਕਿਸਾਨ ਜਦੋਂ ਤੁਹਾਡੇ ਦਿਵਾਲੇ ਹੋ ਗਏ ਨਾ, ਤਾਂ ਕਿਸਾਨਾਂ ਨੇ ਆਪ ਵਾਲਿਆਂ ਦਾ ਬਿਖਰਿਆ ਝਾੜੂ ਇਕੱਠਾ ਕਰਕੇ ਤੁਹਾਨੂੰ ਦੋਵਾਂ ਨੂੰ ਬਹੁਤ ਫੇਰਨਾ। ਉਹ ਸੁੱਖੇ, ਮੈਂ ਜਦੋਂ ਹੀ ਤੇਰੇ ਘਰ ਆਉਣਾ, ਤੂੰ ਕਦੀ ਘਰ ਵਾਲੀ ਦੀਆਂ ਲੱਤਾਂ ਘੁੱਟਣ ਡਿਆ ਹੋਣਾ ਤੇ ਕਦੀ ਉਸ ਨੂੰ ਦਵਾਈ ਦੇਣ ਡਿਆ ਹੋਣਾ। ਕੀ ਗੱਲ, ਤੈਨੂੰ ਘਰ ਵਾਲੀ ਨੇ ਨੌਕਰ ਰੱਖਿਆ? ਉਹ ਮੋਦੀ ਚਾਚਾ, ਤੂੰ ਵੀ ਰਿਸ਼ਤੇ ਨੂੰ ਰੋਣਾ ਰਹਿਣਾ ਵਾ। ਤੈਨੂੰ ਨਹੀਂ ਪਤਾ ਕਿ ਘਰ ਵਾਲੀਆਂ ਦੇ ਕੀ ਸਿਆਪੇ ਹੁੰਦੇ ਆ। ਕਦੀ ਕਦੀ ਘਰ ਵਾਲੇ ਨੂੰ ਸਾਰੇ ਭਾਂਡੇ ਵੀ ਧੋਣੇ ਪੈਂਦੇ ਆ ਤੇ ਘਰ ਵਿੱਚ ਲੀਰਾਂ ਵੀ ਲਾਉਣੀਆਂ ਪੈਂਦੀਆਂ ਵਾ। ਤੂੰ ਨਾ ਕਰਾ ਵਿਆ, ਬਾਜਾ ਘਰ ਵਾਲੀਆਂ ਦੇ ਪੰਗੇ ਤੋਂ। ਉਹ ਸੁੱਖੇ, ਮੈਂ ਭਾਂਡੇ ਵੀ ਧੋ ਦੂੰਗਾ ਤੇ ਘਰ ਵਿੱਚ ਲੀਰਾਂ ਵੀ ਲਾ ਦੂੰਗਾ। ਮੈਨੂੰ ਸਾਰੇ ਇਹ ਕੰਮ ਮਨਜ਼ੂਰ ਵਾ, ਮੈਨੂੰ ਕਿਤਿਓਂ ਨਾ ਕਿਤਿਓਂ ਤੂੰ ਰਿਸ਼ਤਾ ਜ਼ਰੂਰ ਕਰਵਾ। ਉਹ ਮੋਦੀ ਚਾਚਾ, ਹੁਣ ਤੂੰ ਬਾਜਾ ਜੇ ਬਚਿਆ ਜਾਂਦਾ ਤੇ ਜਦੋਂ ਲੀਰਾਂ ਲਾ ਲਾ ਕੇ ਤੇਰਾ ਲੱਕ ਦਰਦ ਹੋਇਆ ਤੈਨੂੰ ਫੇਰ ਪਤਾ ਲੱਗਣਾ ਹੀ। ਉਹ ਸੁੱਖੇ, ਕੁਝ ਨਹੀਂ ਹੁੰਦਾ, ਮੈਂ ਦਰਦਾਂ ਦੀਆਂ ਗੋਲੀਆਂ ਖਾ ਲੂੰਗਾ, ਮੈਨੂੰ ਤੂੰ ਰਿਸ਼ਤਾ ਕਰਾ। ਉਹ ਮੋਦੀ ਚਾਚਾ, ਤੈਨੂੰ ਮੈਂ ਜ਼ਰੂਰ ਕਿਤਿਓਂ ਨਾ ਕਿਤਿਓਂ ਰਿਸ਼ਤਾ ਕਰਾਊਂਗਾ। ਅੱਜ ਮੇਰਾ ਲੱਕ ਬਹੁਤ ਦਰਦ ਹੋ ਰਿਹਾ ਵਾ, ਤੂੰ ਸਾਡੇ ਸਾਰੇ ਘਰ ਵਿੱਚ ਅੱਜ ਲੀਰਾਂ ਲਾ ਦੇ।